ਸ਼ਹੀਆ ਕਾਨੂੰਨ ਵਿਵਸਥਾ ਚ ਸੁਧਾਰ ਇਸ ਮੁੱਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਤੇ ਦਰਸ਼ਕਾਂ ਤੋਂ ਜੋ ਸਾਡਾ ਇਹਦਾ ਸਵਾਲ ਹੈ ਉਹ ਇਹ ਹੈ ਕਿ ਕੀ ਕੈਪਟਨ ਸਰਕਾਰ ਚ ਪੰਜਾਬ ਦੀ ਕਾਨੂੰਨ ਵਿਵਸਥਾ ਚ ਸੁਧਾਰ ਹੋਇਆ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਐਸਐਮਐਸ ਜ਼ਰੀਏ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਹਾਂ ਦੇ ਲਈ ਟਾਈਪ ਕਰੋ ZPHH स्पेस ਦੇ ਕੇ ਵਾਇ ਅਤੇ ਨਾ ਦੇ ਲਈ ਟਾਈਪ ਕਰੋ ZPHS ਸਪੇਸ ਦੇ ਕੇ ਐਨ ਤੇ ਆਪਣੇ ਜਵਾਬ 57 57 53 ਐਸਐਮਐਸ ਕਰ ਦਿਓ ਤੇ ਐਸਐਮਐਸ ਕਰਦੇ ਹੋ ਤੇ ਫੋਨ ਕਾਲ ਜਰੀ ਵੀ ਆਪਣੀ ਰਾਏ ਸਾਡੇ ਨਾਲ ਸਾਂਝ ਕਰ ਸਕਦੇ ਹੋ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜਰਨੈਲ ਮੁਖਸਰਤੋਂ ਜੀ ਜਰਨੈਲ ਜੀ ਕੀ ਕਹਿਣਾ ਚਾਹੁੰਦੇ ਹੋ ਉਸ ਮੁੱਦੇ ਬਾਰੇ ਸੋ ਲੱਗਦਾ ਕੁਝ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਹਿਲੇ ਕਾਲਰ ਜਰਨੈਲ ਸਿੰਘ ਸਾਡੇ ਨਾਲ ਜੁੜੇ ਸਨ ਤੇ ਲਗਾਤਾਰ ਇਹ ਸਵਾਲ ਅਸੀਂ ਤਾਂ ਨੂੰ ਪੁੱਛ ਰਹੇ ਹਾਂ ਕਿ ਕੀ ਕੈਪਟਨ ਸਰਕਾਰ ਦੇ ਵੇਲੇ ਪੰਜਾਬ ਚ ਕਾਨੂੰਨ ਵਿਵਸਥਾ ਇਸ ਸੁਧਾਰ ਹੋਇਆ ਹਾਲਾਂਕਿ ਹਲੇ 2 ਮਹੀਨੇ ਨਹੀਂ ਹੋਏ ਨੇ ਸਰਕਾਰ ਨੂੰ ਤੇ ਅਨੰਦਪੁਰ ਸਾਹਿਬ ਤੋਂ ਸਾੜਨਾ ਕੋਲਰ ਜੁੜੇ ਨੇ ਸ਼ਿਵਚੰਦ ਜੀ ਸਰ ਕੀ ਕਹਿਣਾ ਚਾਹੁੰਦੇ ਉਸ ਮੁੱਦੇ ਬਾਰੇ ਸਰ ਜੀ ਆਪਣਾ ਸਾਡੇ ਜਿਹੜੇ ਐਮਐਲਏ ਸਾਹਿਬ ਹਨ ਰਾਣਾ ਖੰਬਰਪਾਲ ਸਿੰਘ ਜੋ ਸਪੀਕ ਕਰੇ ਜੋ ਤਾਂ ਬਹੁਤ ਵਧੀਆ ਬੰਦੇ ਹੈ ਜੀ ਪਰ ਇਹਨਾਂ ਨੇ ਜਿਹੜੇ ਆਰਡਰ ਆਪਣਾ ਕਰਤਾ ਨਾ ਜੀ ਸੋ 2 ਮਹੀਨੇ ਵਾਲਾ ਕੰਮ ਕਰ ਦਵਾਂਗੇ ਤਿੰਨ ਵਿੱਚ ਕਰ ਦਵਾਂਗੇ ਜੀ ਅਸੀਂ ਵੀ ਕਾਂਗਰਸ ਨੂੰ ਵੋਟਾਂ ਪਾਈਆਂ ਜੀ ਵੈਸੇ ਕਰਕੇ ਲੋਕਾਂ ਨੂੰ ਥੋੜੀ ਕੜੀ ਹੈ ਜੀ ਹੋਰ ਗੱਲ ਕੁਝ ਨਹੀਂ ਜਾਈਗੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਰਾਏ ਸਾਡੇ ਨਾਲ ਰੱਖੀ ਸੋ ਕਾਫੀ ਵਾਜਬ ਸਵਾਲ ਚੁੱਕਿਆ ਦਰਸ਼ਕਾਂ ਦੇ ਵੱਲੋਂ ਦੀ ਕਿ ਆਖਰ ਜੋ ਟਾਈਮ ਫਰੇਮ ਹੈ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਖਾਸ ਮਹਿਮਾਨ ਜੁੜੇ ਹੋਏ ਨੇ ਸਦਾ ਉਨ੍ਹਾਂ ਦਾ ਧਰੁੱਖ ਕਰਦੇ ਬੂਟਾ ਸਿੰਘ ਸ਼ਾਨ ਜੀ ਜਿਸ ਤਰ੍ਹਾਂ ਨਾਲ ਤੁਸੀਂ ਪਹਿਲਾਂ ਸਵਾਲ ਚੁੱਕਿਆ ਸੀਗਾ ਤੁਸੀਂ ਗੱਲ ਕਹੀ ਸੀ ਤੇ ਬਾਲੀ ਸਾਹਿਬ ਉਸ ਦਾ ਸਬੂਤ ਮੰਗ ਰਹੇ ਸਨ ਜਿਹਨੇ ਸਪੋਰਟਸਮੈਨ ਹੁੰਦੇ ਇਹਨਾਂ ਕੋਈ ਸਬੂਤ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਇਹ ਜਿਹੜਾ ਸਾਰੇ ਵਿਊ ਬਣਦੇ ਹੁੰਦੇ ਆ ਅਖਬਾਰਾਂ ਤੋਂ ਤੇ ਲੋਕਾਂ ਤੋਂ ਜਿਹੜੀ ਫੀਡਬੈਕ ਮਿਲਦੀ ਹੈ ਉਹਨਾਂ ਤੋਂ ਬਣਦੇ ਹੁੰਦੇ ਆ ਤੇ ਇਹ ਮੈਂ ਰਿਕਵੈਸਟ ਕਰੂੰਗਾ ਕਾਂਗਰਸ ਦੇ ਸਪੋਰਟਸਮੈਨ ਨੂੰ ਕਿ ਅਮੋਰ ਦੇ ਜਿਹੜੇ ਲੋਕ ਹੈ ਨਾ ਉੱਥੋਂ ਆਪਦਾ ਇੰਟੈਲੀਜੈਂਸ ਰਹਿੰ ਜਾਂ ਹੋਰ ਹੁਣ ਤਾਂ ਸਰਕਾਰ ਚਾਹੇ ਲੋਕ ਇਨਫੋਰਮੇਸ਼ਨ ਲੈ ਲੈਣ ਐਕਸਾਈਜ਼ ਡਿਪਾਰਟਮੈਂਟ ਆ ਉੱਥੋਂ ਲੈਣ ਅੱਛਾ ਮੈਂ ਜਿਹੜੀ ਗੱਲ ਕਰਨੀ ਹੈ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਜੀ ਸਰ ਇੱਕ ਤਾਂ ਧਰਨੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇਹ ਦੋ ਵਾਰੀ ਕਹਿ ਗਏ ਹੋਈ ਗੱਲ ਦੋ ਵਾਰੀ ਇਹਨਾਂ ਨੂੰ ਮੌਕਾ ਮਿਲਿਆ ਅਖੇ ਜੀ ਸਮਾਜ ਬਦਲ ਗਿਆ ਕੰਪਲਿਕੇਟਿਡ ਹੋ ਗਿਆ ਇਹ ਤਾਂ ਕ੍ਰਾਈਮ ਤਾਂ ਹੁਣ ਸਿਸਟਮ ਇਦਾਂ ਦਾ ਹੋ ਗਿਆ ਕ੍ਰਾਈਮ ਤਾਂ ਹੋਣਾ ਹੀ ਹੋਣਾ ਹੈ ਇਹ ਕਹਿ ਰਿਹਾ ਇਹ ਆਮ ਸੌਰੀ ਟੂ ਸੇ ਕਿ ਕਵਕੀਲ ਵੀ ਹੈਗੇ ਆ ਇਹ ਏ ਕ੍ਰਾਈਮ ਨਾਲ ਡੀਲ ਕਰਦੇ ਆ ਠੀਕ ਹੈ ਮੈਂ ਮੰਨਦਾ ਇਹਨਾਂ ਦੀ ਗੱਲ ਹੈ ਗੱਲ ਪਰ ਮੈਂ ਕਹਿੰਦਾ ਜਾਣਦਾ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਉਂ-ਜਿਉਂ ਸੋਸਾਇਟੀ ਕੰਪਲੀਕੇਟ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਆਪਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਵੀ ਅਪਗ੍ਰੇਡ ਕਰਨਾ ਹੁੰਦਾ ਹੈ ਜੀ ਪੁਲਿਸ ਦੇ ਵਿੱਚ ਜਿਹੜਾ ਫੋਰਸ ਹੈ ਉਹਦੇ ਵਿੱਚ ਸੁਧਾਰ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਜੇ ਉਹ ਕਰਦਿਆਂ ਕਿ ਭਾਈ ਜਿਹੜੇ ਆਪਦੇ 12 ਘੰਟੇ ਜਾਂ 8 ਘੰਟੇ ਜਿੰਨੀ ਡਿਊਟੀ ਹੈ ਉਨੀ ਕਰਨੀ ਆ ਇਹ ਨਹੀਂ ਆ ਕਿ ਵੀਆਈਪੀ ਦੇਣਾ ਪ੍ਰੋਫਰ ਤੇ ਆਪਾਂ 1500 ਬੰਦਾ ਜਿਹੜਾ ਸਪੈਰ ਕੀਤਾ ਤੇ ਚੰਗਾ ਸਟੈਪ ਆ ਸੀ ਐਪਰੀਸ਼ੀਏਟ ਕਰਦੇ ਆ ਇਸ ਗੱਲ ਨੂੰ ਪਰ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਦੇ ਜਿਹੜੀ ਪੋਲੀਟੀਕਲ ਇੰਟਰਫੀਰੈਂਸ ਵੀ ਬੰਦ ਹੋਣੀ ਚਾਹੀਦੀ ਹੈ ਦੈਟਸ ਆਲਸੋ ਵੈਰੀ ਇੰਪੋਰਟੈਂਟ ਔਰ ਟ੍ਰੇਨਿੰਗ ਜਿਹੜੀ ਆ ਸਟਾਕਲੈਂਡ ਯਾਰਡ ਪੁਲਿਸ ਆ ਅਮਰੀਕਾ ਦੇ ਵਿੱਚ ਜਿਹੜੇ ਇਹ ਸਾਡੇ ਕੀ ਰਵਾਜ ਆ ਸਿਰਫ ਆਈਐਸ ਆਈਪੀਐਸ ਅਫਸਰਾਂ ਨੂੰ ਭੇਜਦੇ ਆ ਟ੍ਰੇਨਿੰਗ ਵਾਸਤੇ ਮੈਂ ਨਾ ਵੀ ਇਹ ਤਾਂ ਵੀ ਜਿਹੜੇ ਬੰਦੇ ਆ ਜਿਹੜੇ ਵਧੀਆ ਬੰਦੇ ਹੈਗੇ ਆ ਚਾਹੇ ਉਹ ਸਟਾਫ ਆ ਚਾਹੇ ਐਸਐਚਓ ਆ ਉਹਨੂੰ ਵੀ ਟ੍ਰੇਨਿੰਗ ਵਾਸਤੇ ਭੇਜੋ ਕਿਉਂਕਿ ਉਹ ਬੰਦੇ ਜਿਹੜੇ ਆ ਯੰਗ ਹੈਗੇ ਆ ਉਹ ਕਿੰਨਾ ਚਿਰ ਕੰਮ ਕਰਨਗੇ ਐ ਸੁਧਾਰ ਹੋਣਗੇ ਐ ਉਹਨਾਂ ਨੂੰ ਪਤਾ ਨਵੇਂ-ਨਵੇਂ ਤਰੀਕੇ ਹੁਣ ਦੇਖੋ ਪੁਲਿਸ ਦੇ ਵਿੱਚ ਪੜ੍ਹ ਲਿਖੇ ਲੋਕ ਆ ਗਏ ਹੁਣ ਓਵੇਂ ਨਹੀਂ ਕਿ ਲੰਮਾ ਪਾਲਿਆ ਤੇ ਕੁੱਟ ਲਿਆ ਤੇ ਪੰਜਾਬ ਪੁਲਿਸ ਦਾ ਉਹ ਪੁਰਾਣਾ ਉਹ ਸਿਸਟਮ ਨਹੀਂ ਹੈਗਾ ਹੁਣ ਬਹੁਤ ਘਟ ਹੈ ਜੇ ਕੋਈ ਹੋਊਗਾ ਤਾਂ ਹੋਊਗਾ ਕਿੱਥੇ ਹੋਊ ਭਾਵੇਂ ਪਰ ਹੁਣ ਘਟ ਹੋ ਗਿਆ ਮੁੰਡੇ ਬਹੁਤ ਪੜ੍ਹ ਲਿਖੇ ਆ ਗਏ ਥਾਣੇ ਜਾ ਕੇ ਔਰ ਪਰ ਉਹਨਾਂ ਨੂੰ ਇੱਕ ਆਪਣੀ ਕੀਤਾ ਗਿਆ ਜੀ ਉਹਨਾਂ ਨੂੰ ਜਿਹੜਾ ਫੋਰੈਂਸਿਕ ਜਿਹੜੇ ਹੈਗੇ ਐਕਸਪਰਟ ਹੈਗੇ ਆ ਉਹਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਦੇਣੀ ਚਾਹੀਦੀ ਆ ਕ੍ਰਾਈਮ ਨੂੰ ਕਿਵੇਂ ਫੜਨਾ ਇਹਨਾਂ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ ਜਿਹੜਾ ਉਹ ਬਦਲ ਰੇ ਬਦਲਣਾ ਚਾਹੀਦਾ ਤਾਂ ਨਵੇਂ ਸਮਾਜ ਦੇ ਜਿਹੜੇ ਚੈਲੰਜਸ ਆ ਉਹਨਾਂ ਨੂੰ ਮੀਟ ਕੀਤਾ ਜਾ ਸਕਦਾ ਤਾਂ ਨਹੀਂ ਠੀਕ ਹੈ ਠੀਕ ਹੈ ਸੋ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਪੁਲਿਸ ਪ੍ਰਣਾਲੀ ਉਸਦੇ ਵਿੱਚ ਬਦਲਾਅ ਆ ਗਿਆ ਇਹ ਗੱਲ ਕਹੀ ਸੀ ਜੀ ਕਿ ਜਿੰਨਾ ਚਿਰ ਜੀ ਸਰ ਜੀ ਉਹਦਾ ਸੁਧਾਰ ਹੋਣਾ ਚਾਹੀਦਾ ਜੀ ਜੀ ਉਹਦੇ ਵਿੱਚ ਕਮਿਸ਼ਨ ਬੈਠਾ ਸੀ ਉਹਦੀਆਂ ਜਿਹੜੀਆਂ ਸਿਫਾਰਸ਼ਾਂ ਉਹ ਮਿੱਟੀ ਚ ਰੋਲ ਰਹੀਆਂ ਉਹਨਾਂ ਨੂੰ ਪੜਨਾ ਚਾਹੀਦਾ ਕੈਪਟਨ ਸਾਹਿਬ ਨੂੰ ਔਰ ਡੀਜੀਪੀ ਨਾਲ ਡਿਸਕਸ ਕਰਕੇ ਉਹਦੇ ਤੇ ਅੱਗੇ ਉਹਦੇ ਤੇ ਚੰਗਾ। ਠੀਕ ਠੀਕ ਹੈ ਸਰ ਠੀਕ ਹੈ। ਦੂਜੀ ਗੱਲ ਜਿਹੜੀ ਮੈਂ ਕਹਣੀ ਚਾਹਣਾ ਮੈਂ ਪਹਿਲਾਂ ਵੀ ਕਹੀ ਸੀ ਕਿ ਜਿੰਨਾ ਚਿਰ ਕ੍ਰਾਈਮ ਕਰਨ ਵਾਲੇ ਨੂੰ ਚਾਹੇ ਮੈਂ ਨਹੀਂ ਕਹਿੰਦਾ ਵੀ ਸਾਰੇ ਲੋਕਾਂ ਨੂੰ ਫਾਹਲਾ ਦਿਓ ਜਾਂ ਬਲੱਡ ਸ਼ੈਡ ਕਰ ਦਿਓ। ਇੱਕ ਅੱਧ ਬੰਦੇ ਨੂੰ ਜਰੂਰ ਇਹ ਜੇ ਬੰਦੇ ਨੂੰ ਜਿਹੜਾ ਕ੍ਰਾਈਮ ਕਰਦਾ ਚਾਹੇ ਇਕਨੋਮਿਕ ਅਫੈਂਸ ਹੈ ਉਹਦੇ ਤੇ ਕੇਸ ਰਜਿਸਟਰ ਹੋਵੇ। ਠੀਕ ਹੈ। ਉਹਦੇ ਤੇ ਕੇਸ ਦਾ ਰਜਿਸਟਰ ਕਰੋ ਕੈਪਟਨ ਸਾਹਿਬ। ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਕਰਨਾ ਹੈ ਨਹੀਂ ਇਹਨਾਂ ਨੇ ਇਹਨਾਂ ਨੇ ਪਿਛਲੀ ਟਰਮ 'ਚ ਕਰਕੇ ਦੇਖ ਲਿਆ ਸੀ। ਕਿਹਦੇ ਦੇ ਕਿਤੇ ਸੀ ਕੇਸ ਦਾ ਜਿਨ੍ਹਾਂ ਨੇ ਕ腐ਸ਼ਨ ਕੀਤੀ ਸੀ ਇੱਕ ਤਾਂ ਪੀਪੀਐਸਸੀ ਦਾ ਚੇਅਰਮੈਨ ਸੀਗਾ ਚਲੋ ਉਹਨਾਂ ਤਾਂ ਕੀਤੀ ਵੀ ਹੋ ਕੁਝ ਪੋਲੀਟੀਕਲ ਕਰਦਾ ਉਹ ਬਾਅਦ ਚ ਉਹ ਵੈਂਡਰ ਬਣ ਗਿਆ ਇਹ ਵੈਂਡਰ ਹੈ ਫਿਰ ਐਂ ਕਹਿ ਦਿੰਦੇ ਆ ਫਿਰ ਬਾਅਦ ਚ ਜਦੋਂ ਉਹਨਾਂ ਦੀ ਸਰਕਾਰ ਆਈ ਉਹਨਾਂ ਨੇ ਕੈਪਟਨ ਤੇ ਕਰਤਾ ਇਸ ਉਹ ਬਰਾਬਰ ਹੋ ਗਿਆ ਸਮਝੌਤਾ ਹੋ ਗਿਆ ਠੀਕ ਹੈ ਠੀਕ ਹੈ ਹਾਂ ਸਵਾਲ ਮੈਂ ਕਹਿੰਦਾ ਵੀ ਜੇ ਕੇਸ ਦਰਜ ਕਰਨਾ ਉਹਦੇ ਵਾਸਤੇ ਤੁਹਾਨੂੰ ਸਾਫ਼ ਸੁਥਰੇ ਹੋਣਾ ਚਾਹੀਦਾ ਤੁਹਾਡੇ ਸਾਰੇ ਬੰਦਿਆਂ ਨੂੰ ਠੀਕ ਹੈ ਠੀਕ ਹੈ ਸਰ ਮੈਂ ਕਹਿੰਦਾ ਕੋਈ ਲਿਪੜੇ ਹੋਇਆ ਕੈਪਟਨ ਤਾਂ ਠੀਕ ਠੀਕ ਹੈ ਪਰ ਸਵਾਲ ਇਹ ਪੈਦਾ ਹੁੰਦਾ ਕਿ ਨਾਲ ਦੇ ਵੀ ਸਹੀ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਭੂਟਾ ਸਿੰਘ ਜੇ 90% ਹੁੰਦਾ ਤਾਂ ਸਜ਼ਾ ਮਿਲੂ ਜੀ ਜੀ ਠੀਕ ਹੈ ਐਸੇ ਕਰਕੇ ਇਹ ਸਜ਼ਾ ਮਿਲਣੀ ਨਹੀਂ ਇਹ ਸੁਧਾਰ ਹੋਣਾ ਨਹੀਂ ਠੀਕ ਹੈ ਠੀਕ ਹੈ ਸਰ ਮੈਂ ਇਹ ਪੋਚਾ ਪਾਚੀ ਕਰਦਾ ਹਾਂ ਬਸ ਇੰਨਾ ਜਰੂਰ ਗੱਲ ਹੈਗੀ ਆ ਪਰ 2-4 ਮਹੀਨਾ ਚ ਇਹ ਗੱਲ ਵੀ ਸਾਹਮਣੇ ਆ ਜਾਊਗਾ ਠੀਕ ਹੈ ਠੀਕ ਹੈ ਕਿ ਕਦੋਂ ਸੁਧਾਰ ਹੁੰਦਾ ਠੀਕ ਹੈ ਸਰ ਠੀਕ ਹੈ ਮੈਂ ਗਰੇਵਾਲ ਸਾਹਿਬ ਤੋਂ ਇੱਕ ਇੱਕ ਜਵਾਬ ਲੈਣਾ ਗਰੇਵਾਲ ਸਾਹਿਬ ਟ੍ਰਾਂਸਪੋਰਟ ਲ lobby ਆ ਠੀਕ ਹੈ ਸਰ ਇੱਕ ਇੱਕ ਮੈਂ ਸਰ ਪਲੀਜ਼ ਸਰ ਟਰਾਂਸਪੋਰਟ ਲੋਬੀ ਨੇ ਆ ਰਾਜਪੁਰੇ ਤੋਂ ਚੰਡੀਗੜ੍ਹ ਤੱਕ ਦੀ ਰੇਲ ਨਹੀਂ ਬੰਨ੍ਹ ਦਿੱਤੀ ਜੀ 20 ਸਾਲ ਹੋ ਗਏ ਠੀਕ ਹੈ ਮੈਂ ਨਾ ਮਾਲਵੇ ਦੇ ਜਿਹੜੇ ਗਰੀਬ ਬੰਦੇ ਆ ਸੁਧਾਰਨ ਬੰਦੇ ਜਿਹੜੇ ਬਸ ਤੇ ਨਹੀਂ ਆ ਸਕਦੇ 400 ਰੁਪਏ ਖਰਚ ਕਰਕੇ एयर कंडीशन ਬਸ ਉਹ ਬੰਦੇ ਕਿਵੇਂ ਆਉਣ ਚੰਡੀਗੜ੍ਹ ਠੀਕ ਹੈ ਸਰ ਮਾਲਵੇ ਦੇ ਡੂੜ ਕਰੋੜ ਬੰਦੇ ਨੂੰ ਇਹਨਾਂ ਨੇ ਇਹਦੀ ਟਰਾਂਸਪੋਰਟ ਲੋਬੀ ਆ ਜਿਹਦੇ ਵਿੱਚ ਮੇਨਲੀ ਪਿਛਲੀ ਸਰਕਾਰ ਤੇ ਜਿਹੜੀ ਆ ਇੱਕੋ ਫੈਮਿਲੀ ਕਾਬਜ਼ ਸੀ ਟਰਾਂਸਪੋਰਟ ਠੀਕ ਹੈ ਸਰ ਠੀਕ ਹੈ ਠੀਕ ਹੈ ਬੁੱਢਾ ਸਿੰਘ ਜੀ ਤੁਸੀਂ ਸਵਾਲ ਚੁੱਕੇ ਨੇ ਮੈਂ ਇਸ ਦਾ ਜਵਾਬ ਹੀ ਲੈ ਲਾਂ ਆਮ ਬੰਦੇ ਦਾ ਵਾਹ ਠੀਕ ਹੈ ਸਰ ਠੀਕ ਹੈ ਸਰ ਸੋ ਤੁਸੀਂ ਕਾਫੀ ਸਵਾਲ ਚੁੱਕ ਰਹੇ ਹੋ ਗਰੇਵਾਲ ਸਾਹਿਬ ਇਸ ਤਰ੍ਹਾਂ ਕਿਉਂ ਹੁੰਦਾ ਹੈ ਇੱਕ ਪਾਸੇ ਤਾਂ ਵਿਰੋਧੀ ਧਿਰ ਕਹਿੰਦਾ ਹੈ ਕਿ ਸਰਕਾਰ ਕਾਰਵਾਈ ਨਹੀਂ ਕਰਦੀ ਪਰ ਜਦੋਂ ਵਿਰੋਧੀ ਧਿਰ ਨਾਲ ਹੀ ਸੰਬੰਧਿਤ ਕੋਈ ਬੰਦਾ ਫੜਿਆ ਜਾਂਦਾ ਹੈ ਕਿਸੇ ਵੀ ਮਾਮਲੇ ਵਿੱਚ ਫਿਰ ਉਸ ਨੂੰ ਪੋਲਿਟੀਕਲ ਵੈਂਡੇਟਾ ਦਾ ਨਾਮ ਦੇ ਕੇ ਕਿਉਂ ਪ੍ਰਚਾਰਿਆ ਜਾਂਦਾ ਸਰ ਇਸ ਤਰ੍ਹਾਂ ਇਹੋ ਜਿਹੀ ਕੋਈ ਘਟਨਾ ਹੋਵੇ ਉਹਦੇ ਤੇ ਸਪੈਸੀਫਿਕ ਤੇ ਮੈਂ ਬੋਲ ਸਕਦਾ ਪਰ ਇਸ ਤਰ੍ਹਾਂ ਜਦੋਂ ਅਸੀਂ ਪ੍ਰਵਕਤਾ ਪਾਰਟੀ ਦੇ ਕਿਸਦੇ ਆਉਨੇ ਆ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਇੰਨੇ ਦਰਸ਼ਕ ਸਾਨੂੰ ਸੁਣ ਰਹੇ ਆ ਜੀ ਆਮ ਆਦਮੀ ਪਾਰਟੀ ਦਿੱਕਤ ਕੀ ਰਹੀ ਆ ਕਿ ਬਿਨਾ ਆਧਾਰ ਤੋਂ ਇਲਜ਼ਾਮ ਲਗਾ ਦੇਣੇ ਇਸੇ ਕਰਕੇ ਉਹ ਉਹਨਾਂ ਨੂੰ ਦਿੱਕਤ ਹੋਈ ਜਨਤਾ ਤੋਂ ਅਲੱਗ ਥਲੱਗ ਪੈ ਗਏ ਔਰ ਮੈਂ ਇੱਕ ਚੀਜ਼ ਕਹਿਣਾ ਗੁਰਪ੍ਰੀਤ ਜੀ ਮੈਂ ਇੱਕ ਚੀਜ਼ ਕਹਿਣਾ ਕਿ ਸਾਨੂੰ ਇੱਥੇ ਆ ਕੇ ਦਿਵੇਤ ਜਿਹੜੀ ਆ ਨਾ ਬੜੀ ਹੈਲਦੀ ਹੋਣੀ ਚਾਹੀਦੀ ਆ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਨਹੀਂ ਹੋਣੀ ਚਾਹੀਦੀ ਉਹ ਚ ਸੁਧਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਵੀ ਇਹਨਾਂ ਨੂੰ ਸਿੱਧਾ ਮੈਸੇਜ ਦੇਣਾ ਚਾਹੀਦਾ ਪੁਲਿਸ ਨੂੰ ਵੀ ਔਰ ਜਦੋਂ ਤੱਕ ਪੁਲਿਸ ਨੂੰ ਪੋਲੀਟੀਸ਼ੀਅਨਸ ਤੋਂ ਫ੍ਰੀ ਨਹੀਂ ਕਰਨਗੇ ਉਹਨਾਂ ਦੇ ਡੇ ਟੂ ਡੇ ਅਫੇਅਰਸ ਤੇ ਉਹਨਾਂ ਦਾ ਵਿਧਾਇਕਾਂ ਦਾ ਜਾਂ ਹਲਕਾ ਇੰਚਾਰਜ ਕੋਈ ਵੀ ਹੋਵੇ ਉਹਦੀ ਦਖਲਅੰਦਾਜ਼ੀ ਬੰਦ ਨਹੀਂ ਹੋਏਗੀ ਔਰ ਪੁਲਿਸ ਅਫਸਰਾਂ ਨੂੰ ਤਨਖਾਹ 'ਚ ਗੁਜ਼ਾਰਾ ਕਰਨਾ ਨਹੀਂ ਸਿਖਾਉਣਗੇ ਉਦੋਂ ਤੱਕ ਇਹ ਸੁਧਾਰ ਨਹੀਂ ਹੋ ਸਕਦੇ ਉਦੋਂ ਤੱਕ ਇਹ ੱਟਕੇ ਹੁੰਦੇ ਰਹਿਣਗੇ ਔਰ ਗਰੀਬ ਆਦਮੀ ਦੀ ਆਵਾਜ਼ ਉੱਥੇ ਤੱਕ ਨਹੀਂ ਪਹੁੰਚੇਗੀ ਇਹ ਚੀਜ਼ਾਂ 'ਚ ਕਈ ਚੀਜ਼ਾਂ 'ਚ ਬੈਠ ਕੇ ਉਹਦੇ ਤੇ ਇੰਪਲੀਮੈਂਟ ਕਰਨਾ ਪੈਣਾ ਸਾਨੂੰ ਉਹਨਾਂ ਨੂੰ ਉਹਦੇ ਲਈ ਇੱਕ ਮਾਨਸਿਕਤਾ ਤਿਆਰ ਕਰਨੀ ਪੈਣੀ ਆ ਔਰ ਸਾਰੇ ਰਾਜਨੀਤਿਕ ਦਲਾਂ ਨੂੰ ਇੱਕ ਮਤ ਉੱਤੇ ਹੋਣਾ ਪੈਣਾ ਔਰ ਜਿਸ ਤਰ੍ਹਾਂ ਹੁਣ ਹੋ ਰਿਹਾ ਮੈਂ ਤੁਹਾਨੂੰ ਸਾਫ਼ ਸਪਸ਼ਟ ਦੱਸ ਰਿਹਾ ਪਹਿਲਾਂ ਵੀ ਮੈਂ ਦੱਸਿਆ ਹਲਕਾ ਬਦਾਇਕ ਤੋਂ ਬਿਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਵਿਧਾਇਕ ਇਸ ਤਰ੍ਹਾਂ ਦੇ ਕੰਮ ਕਰਦੇ ਆ ਮਗਰ ਜਿੱਥੇ ਜਿੱਥੇ ਵੀ ਕ੍ਰਾਈਮ ਹੁੰਦੇ ਆ ਜਿੱਥੇ ਜਿੱਥੇ ਸੱਟਾ ਹੁੰਦਾ ਨੌਜਵਾਨ ਵਿਗੜਦੇ ਆ ਜਿੱਥੇ ਤੇ ਹੁੰਦਾ ਉੱਥੇ ਉੱਥੇ ਉਹ ਹਲਕਾ ਬਦਾਇਕ ਜਿਹੜੇ ਆ ਉਹਨਾਂ ਦੀ ਵਿੱਚ ਮਿਲੀ ਭਗਤ ਹੁੰਦੀ ਆ ਇਸ ਕਰਕੇ ਇਹਨਾਂ ਕ੍ਰਾਈਮ ਨੂੰ ਬੰਦ ਕਰਨ ਵਾਸਤੇ ਚੀਫ ਮਿਨਿਸਟਰ ਨੂੰ ਸਖਤ ਆਦੇਸ਼ ਔਰ ਦਿਸ਼ਾ ਨਿਰਦੇਸ਼ ਦੇਣੇ ਪੈਣੇ ਆ ਡਿਪਾਰਟਮੈਂਟ ਨੂੰ ਪੁਲਿਸ ਵਾਲਿਆਂ ਨੂੰ ਔਰ ਪੁਲਿਸ ਅਫੀਸਰ ਉਹਨਾਂ ਦੇ ਮਿਲੀ ਭਗਤ ਵੀ ਬੰਦ ਕਰਨੀ ਪੈਣੀ ਆ ਔਰ ਜਦੋਂ ਤੱਕ ਇਹ ਲੋਭ ਲਾਲਚ ਆ ਹੁਣ ਰੇਤ mafia ਇਦੇ ਚ ਕੀ ਹੁੰਦਾ ਕਿ ਇਹ ਵਪਾਰੀ ਇੱਕੋ ਹੀ ਨੇ ਕੰਮ ਕਰਨ ਵਾਲੇ ਲੋਕ ਇੱਕੋ ਹੀ ਨੇ ਮਾਫੀਆ ਇੱਕੋ ਹੀ ਆ ਮਗਰ ਉਸ ਵੇਲੇ ਕੀ ਸੀ ਤਿੰਨ ਉਸ ਪਾਸੇ ਦੇ ਸੀ ਦੋ ਦੂਸਰੇ ਪਾਸੇ ਦੇ ਸੀ ਹੁਣ ਤਿੰਨ ਉਧਰ ਦੇ ਹੋ ਜਾਣਗੇ ਦੋ ਉਧਰ ਦੇ ਹੋ ਜਾਣਗੇ ਜਨਤਾ ਪਿਸਦੀ ਰਹੂਗੀ ਸਿੱਧੀ ਜੀ ਗੱਲ ਆ ਇਸ ਨੂੰ ਬੋਲਣ ਵਾਸਤੇ ਇਸ ਨੂੰ ਕਹਿਣ ਵਾਸਤੇ ਕੋਈ ਪੋਲਿਟਿਸ਼ੀਅਨ ਤਿਆਰ ਨਹੀਂ ਹੋਏਗਾ ਇਸ ਲਈ ਸਾਨੂੰ ਇਹ ਗੱਲਾਂ ਸਪਸ਼ਟ ਬੋਲਣੀਆਂ ਪੈਣੀਆਂ ਨੇ ਗੁਰਪ੍ਰੀਤ ਜੀ ਜਦੋਂ ਤੱਕ ਇਹ ਨਹੀਂ ਬੋਲਾਂਗੇ ਔਰ ਇਹ ਰੁਕਣੇ ਨਹੀਂ ਹੈਗੇ ਇਹਨਾਂ ਨੂੰ ਰੋਕਣਾ ਚਾਹੀਦਾ ਔਰ ਪੁਲਿਸ ਅਫਸਰਾਂ ਨੂੰ ਤਨਖਾਹ 'ਚ ਗੁਜ਼ਾਰਾ ਕਰਨਾ ਸਿਖਾਣਾ ਹੀ ਪਏਗਾ ਜੇ ਨਹੀਂ ਸਰਕਾਰ ਸਿਖਾਏਗੀ ਤਾਂ ਇਹ ਇਨਸਾਫ ਪੰਜਾਬ ਦੀ ਜਨਤਾ ਨੂੰ ਨਹੀਂ ਦੇ ਸਕਦੀ ਔਰ ਪੋਲੀਟਿਸ਼ੀਅਨਜ਼ ਨੂੰ ਰੋਕਣਾ ਪਏਗਾ ਡੇ ਟੂ ਡੇ ਅਫੇਅਰਸ ਇੰਟਰਫੇਅਰ ਕਰਨ ਲਈ ਇਹ ਗਲਤੰਡਾ ਉੱਥੇ ਕੋਰਸ ਤੇ ਵਿੱਚ ਸੁਧਾਰ ਕੀਤੇ ਜਾਣਗੇ ਸਰ ਇਹ ਤਾਂ ਤੁਹਾਡੀ ਗੱਲ ਬਹੁਤ ਵਾਜਬ ਹੈ ਪਰ ਕਿਤੇ ਨਾ ਕਿਤੇ ਮੈਨੂੰ ਜੋ ਲੱਗਦਾ ਹੈ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੋਲੀਟੀਸ਼ੀਅਨਸ ਦੀ ਸੋਚ ਵੀ ਬਦਲਣੀ ਪਏਗੀ ਤਾਂ ਕਿ ਉਹ ਜਿਹੜੇ ਡੇਲੀ ਅਫੇਅਰਸ ਨੇ ਪੁਲਿਸ ਵਾਲਿਆਂ ਦੇ ਕੰਮ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਨਾ ਦੇਣ ਤਾਂ ਸ਼ਾਇਦ ਹੋਰ ਜਲਦੀ ਸੁਧਾਰ ਹੋ ਸਕੇਗਾ ਠੀਕ ਹੈ ਬਾਲੀ ਸਾਹਿਬ ਨਹੀਂ ਦਿੰਦੇ ਜੀ ਜੀ ਜਿਹੜਾ ਜਿਹੜਾ ਗੁਰਪ੍ਰੀਤ ਜੀ ਜਿਹੜਾ ਰਾਜ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜਾ ਰਾਜਨੀਤਿਕ ਦਲ ਆਉਂਦਾ ਆਪਣੇ ਵਰਕਰਾਂ ਨੂੰ ਉੱਥੇ ਥਾਣਿਆਂ 'ਚ ਬਿਠਾ ਦਿੰਦਾ ਐਸਐਚਓ ਨੂੰ ਦਸਾ ਨਿਰਦੇਸ਼ ਦੇਣ ਲਈ ਉਹ ਬੰਦ ਹੋਣਾ ਚਾਹੀਦਾ ਜੀ ਜੀ ਸਰ ਉਹੀ ਤਾਂ ਸਵਾਲ ਨੇ ਕਿ ਜਦੋਂ ਹੁਣ ਹਲਕਾ ਇੰਚਾਰਜ ਸਿਸਟਮ ਸੀਗਾ ਉਸ ਨੂੰ ਵੀ ਇਹੀ ਕੀਤਾ ਜਾ ਰਿਹਾ ਸੀਗਾ ਹੁਣ ਹਲਕਾ ਸੇਵਾਦਾਰ ਕਹਿ ਕੇ ਉਸ ਨੂੰ ਪ੍ਰਚਾਰਿਆ ਜਾ ਰਿਹਾ ਕਿ ਹਲਕਾ ਸੇਵਾਦਾਰ ਹੋ ਗਏ ਨੇ ਬਾਲੀ ਸਾਹਿਬ ਸਵਾਲ ਇਹ ਹੈ ਅਸੀਂ ਬਹੁਤ ਵਧੀਆ ਸੇਵਾ ਕਰ ਰਹੇ ਹਾਂ ਜੀ 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 ਅਸੀਂ ਜਿਸ ਤਰ੍ਹਾਂ ਨਾਲ ਸਵਾਲ ਚੁੱਕੇ ਜਾ ਰਹੇ ਨੇ ਉਹੀ ਹੈ ਕਿ ਟਾਈਮ ਫਰੇਮ ਦੀ ਗੱਲ ਅਸੀਂ ਦਰਸ਼ਕ ਦੀ ਰਾਏ ਵੀ ਸੁਣੀ ਉਹਨਾਂ ਨੇ ਵੀ ਇਹੀ ਕਿਹਾ ਕਿ ਠੀਕ ਹੈ ਸਰਕਾਰ ਵਧੀਆ ਕੰਮ ਕਰੀ ਹੈ ਕਰ ਲੇਗੀ ਪਰ ਜਦੋਂ ਟਾਈਮ ਫਰੇਮ ਦੀ ਗੱਲ ਆਉਂਦੀ ਲੋਕ ਇੱਕ ਸੋਚ ਲਾ ਪੈਂਦੇ ਨੇ ਕਿ ਹਾਂ ਵੀ ਇੰਨੀ ਦੇਰ ਚ ਕੰਮ ਹੋ ਜਾਏਗਾ ਹੁਣ ਮੰਨ ਲਓ ਦਿੱਲੀ ਤੋਂ ਚੰਡੀਗੜ੍ਹ ਦੀ ਦੂਰੀ 3 ਘੰਟੇ ਦੀ ਹੈ ਜਾਂ 4 ਘੰਟੇ ਦੀ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਹੁਣ ਇੱਕ ਬੰਦਾ ਕਵੇ ਵੀ ਮੈਂ 15 ਮਿੰਟਾਂ ਚ ਪਹੁੰਚਾ ਦੂੰਗਾ ਫਿਰ ਲੋਕ ਉਸ ਤੋਂ ਜ਼ਿਆਦਾ ਉਮੀਦਾਂ ਕਰਨਗੇ ਪਤਾ ਨਹੀਂ ਇਸ ਦੇ ਕੋਲ ਵੀ ਕਿਹੜੀ ਚੀਜ਼ ਆ ਵੀ ਜਿਹੜਾ 15 ਮਿੰਟਾਂ ਚ ਸਾਰਾ ਕੰਮ ਕਰ ਦੇਗਾ ਹੈ ਦੇਖੋ ਜਿਹੜੀ ਇਹਨਾਂ ਨੇ ਸੇਵਾਦਾਰ ਵਾਲੀ ਗੱਲ ਕੀਤੀ ਹੈ ਜਿਹੜੀ ਹਲਕਾ ਇੰਚਾਰਜ ਵਾਲੀ ਗੱਲ ਕੀਤੀ ਹੈ ਜੀ ਜੀ ਮੈਂ ਗਰੇਵਾਲ ਸਾਹਿਬ ਨੂੰ ਕਹਿੰਦਾ ਤੇ ਅਕਾਲੀ ਦਲ ਦੀ ਤੇ ਖਰਮਾ ਗੱਲ ਹੀ ਕੀ ਕਰਾਂ ਕਿ ਉਹ ਤੇ ਬਿਲਕੁਲ ਹੀ ਸਮੁੰਦਰ ਪਾਰ ਕਰਕੇ ਦੇ ਨੇ ਤੇ ਸਾਨੂੰ ਅਜੇ ਕਰਨ ਵਾਸਤੇ ਟਾਈਮ ਲੱਗ ਰਿਹਾ ਹੈ ਅਗਰ ਕਿਤੇ ਵੀ ਪੰਜਾਬ ਦੇ ਅੰਦਰ ਇਹ ਪ੍ਰੂਫ ਕਰ ਦਨ ਤੇ ਮੈਂ ਜਰੂਰ ਗਰੇਵਾਲ ਸਾਹਿਬ ਨੂੰ ਕਹਾਗਾ ਕਿ ਜੋ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੀ ਗੱਲ ਨੂੰ ਮੰਨ ਜੀ ਜੀ ਦੇਾਂਗੇ ਤੇ ਸਾਡੇ ਦਿਆਂਗੇ ਜੀ ਜੀ ਅਜੇ ਤਾਂ ਇਲਜ਼ਾਮ ਲਾ ਰਹੇ ਹੋ ਕਿ ਅਸੀਂ ਕੀ ਮਤਲਬ ਦੇਉਗੇ ਅਜੇ ਤੇ ਤੁਸੀਂ ਕਹੋਗੇ ਕਿ 2 ਮਹੀਨੇ ਦੀ ਸਰਕਾਰ ਦੇ ਵਿੱਚ ਅਗਰ ਕੋਈ ਪੋਲਿਟੀਕਲ ਇੰਟਰਫੀਰੈਂਸ ਹੈਗੀ ਤਾਂ ਦੱਸੋ ਅਗਰ ਕੋਈ ਐਵੀ ਜੀ ਗਲਬਾਤ ਹੈਗੀ ਤਾਂ ਦੱਸੋ ਬਿਲਕੁਲ ਕੋਈ ਪੋਲਿਟੀਕਲ ਇੰਟਰਫੀਰੈਂਸ ਨਹੀਂ ਸਾਡੀ ਸਰਕਾਰ ਦੀ ਸਾਡੀ ਪਾਰਟੀ ਦੀ ਮਤਲਬ ਜੇ ਤੁਸੀਂ ਕੋਈ ਸਾਡੀ ਪਾਰਟੀ ਔਰ ਅੱਜ ਇੱਕ ਉਹ ਕੋ ਉਂਗਲ ਬਾਤ ਖੜੀ ਕਰ ਲੈਣਾ ਅੱਜ ਇਹਦੇ 10 ਸਾਲ ਮੇਰਾ ਇਨ ਅਲਰਜੀ ਜੀ 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 ਤਾਰਨੀ ਸਾਹਿਬ ਪਲੀਜ਼ ਬਾਲੀ ਸਾਹਿਬ ਨੂੰ ਕੰਪਲੀਟ ਕਰਨ ਦਿਓ ਤੁਸੀਂ ਇਕੱਲੇ ਆਪ ਦੀ ਝੰਡੂ ਗੱਲ ਬਕਵਾਸ ਨਹੀਂ ਆ ਵੀ ਕਾਨੂੰਨ ਵਿਵਸਥਾ ਦਾ ਕੀ ਸੁਧਾਰ ਹੋ ਸਕਦਾ ਇਹ ਗੱਲ ਇਹ ਹੈਗੀ ਹੈ ਜੀ ਜੀ ਕਾਨੂੰਨ ਵਿਵਸਥਾ ਦੀ ਸੁਧਾਰ ਦੀ ਜਿਹੜੀ ਗੱਲ ਹੈ ਅਸੀਂ ਬਾਰ-ਬਾਰ ਇੰਨੀ ਗੱਲ ਕਰ ਰਹੇ ਕਿ ਪੰਜਾਬ ਦੇ ਵਿੱਚ 95 ਤੋਂ 98% ਅਸੀਂ ਪਕੜ ਪਾ ਲਈਏ ਤੇ 2% 3% ਰਹਿ ਗਈ ਹੈ ਤੇ ਮੰਨ ਰਹੇ ਹਾਂ ਅਸੀਂ ਇਹ ਤਾਂ ਡਿਨਾਈ ਨਹੀਂ ਕਰ ਰਹੇ ਹਾਂ ਡਿਫੈਂਡ ਨਹੀਂ ਕਰ ਰਹੇ ਪਾਰਟੀ ਨੂੰ ਜਾਂ ਅਸੀਂ ਸਰਕਾਰ ਨੂੰ ਨਹੀਂ ਜੀ ਅੱਜ ਤਾਂ ਬਿਲਕੁਲ 100% ਜਿੱਦਾਂ ਆਪ ਆਪ ਪਾਰਟੀ ਕਰਦੀ ਹੈ ਜਾਂ ਅਕਾਲੀ ਦਲ ਕਰਦਾ ਹਮ ਬਿਲਕੁਲ ਠੀਕ ਹੈ ਬਾਕੀ ਸਭ ਘਰਾਵ ਹੈ ਜੀ ਮਤਲਬ ਮੰਨ ਕੇ ਚਲੋ ਅਕਾਲੀ ਦਲ 10 ਸਾਲ ਚ ਬਲੇ ਬਲੇ ਕਰਾ ਗਿਆ ਪੰਜਾਬ ਦੀ ਇਹ ਬਿਲਕੁਲ ਠੀਕ ਨੇ ਆਮ ਆਦਮੀ ਪਾਰਟੀ ਦਿੱਲੀ ਚ ਕਿੰਨੇ ਸੋਹਣੇ ਸੁਝਾਅ ਦੇ ਆਪ ਆਦੀ ਪਾਰਟੀ ਦੇ ਵੀ ਦਿੱਲੀ ਜੀ ਤੁਸੀਂ ਇਹ ਬੇ ਸੁਝਾਅ ਦਿਓ ਵੀ ਦਿੱਲੀ ਠੀਕ ਹੋ ਜਾਏ ਉੱਥੇ ਤਾਂ ਲੋਕ ਠੀਕ ਹੋ ਜਾਣ ਤੁਹਾਡੇ ਸੁਝਾਅ ਤੇ ਅਸੀਂ ਤਾਂ ਮੰਨੀਏ ਨਾ ਕਿ ਤੁਸੀਂ ਆਪਣੀ ਸਰਕਾਰ ਵਧੀਆ ਚਲਾ ਰਹੇ ਹੋ ਉਹ ਤੇ ਸਾਡੇ ਕੋਲ ਬੜੇ ਐਜੂਕੇਟਿਡ ਆਫੀਸਰ ਨੇ ਸਾਡੇ ਕੋਲ ਬੜੇ ਐਕਸਪੀਰੀਅੰਸ ਵਾਲੇ ਆਫੀਸਰ ਨੇ ਸਾਡੇ ਮੁੱਖ ਮੰਤਰੀ ਬੜੇ ਐਕਸਪੀਰੀਅੰਸ ਵਾਲੇ ਨੇ ਸਾਡੀ ਪਾਰਟੀ ਬੜੀ ਐਕਸਪੀਰੀਅੰਸ ਵਾਲੀ ਹੈ ਤੁਸੀਂ ਇਹ ਵੀ ਗੱਲ ਨਾ ਸੋਚੋ ਥੋੜਾ ਜਿਹਾ ਟਾਈਮ ਲੱਗਦਾ 98% ਜੇ ਕਾਬੂ ਪਾ ਲਿਆ ਪਰ ਬਾਲੀ ਸਾਹਿਬ ਪਰ ਬਾਲੀ ਸਾਹਿਬ ਬੀਜਾ ਤੁਹਾਡੇ ਹੀ ਬੀਜੇ ਹੋਏਗੇ ਕਿਸੇ ਸਰਕਾਰ ਦੇ ਜੀ ਜੀ ਪਰ ਬਾਲੀ ਸਾਹਿਬ ਕਿਤੇ ਨਾ ਵੀ ਅਸੀਂ ਠੀਕ ਕਰਾਂਗੇ ਠੀਕ ਠੀਕ ਹੈ ਬਾਲੀ ਸਾਹਿਬ ਇੱਕ ਸਵਾਲ ਮੇਰਾ ਹੈ ਵੀ ਅਮੇ ਤੁਹਾਡੇ ਤੋਂ ਹੀ ਸਵਾਲ ਹੈ ਕਿ ਤੁਹਾਨੂੰ ਨਹੀਂ ਲੱਗਦਾ ਠੀਕ ਹੈ ਤੁਸੀਂ ਆਪਾਂ ਕਹਿ ਰਹੇ ਹੋ ਸਾਡੇ ਕੋਲ ਬੜੇ ਵਧੀਆ ਪੁਲ ਇੱਕ ਰਮਨਜੀਤ ਸਿੰਘ ਸਿੱਕੀ ਸਾਹਿਬ ਦਾ ਬਿਆਨ ਆਂਦਾ ਹੈ ਸਟੇਜ ਤੋਂ ਖੜੇ ਹੋ ਕੇ ਪੁਲਿਸ ਵਾਲਿਆਂ ਨੂੰ ਕਿ ਮੇਰੇ ਵਰਕਰਾਂ ਨੂੰ ਕੁਝ ਨਹੀਂ ਕਹਿਣਾ ਉਹ ਕਿੰਨਾ ਕੁ ਅਸਰ ਪਾਉਂਦਾ ਪੁਲਿਸ ਵਾਲਿਆਂ ਤੇ ਭਾਵੇਂ ਉਹ ਜਿੰਨੇ ਮਰਜੀ ਐਜੂਕੇਟਿਡ ਹੋਣ ਜਿੰਨੇ ਮਰਜੀ ਟੈਲੈਂਟਡ ਹੋਣ ਉਹ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮਨੋਬਲ ਉਸ ਨੂੰ ਨਹੀਂ ਸੁੱਟਦਾ ਕਿ ਸ਼ਰੀਆਮ ਸਾਨੂੰ ਤੁਸੀਂ ਇੱਕ ਤਰ੍ਹਾਂ ਨਾਲ ਧਮਕਾ ਰਹੇ ਹੋ ਦੇਖੋ ਕਿਦਰ ਨਾ ਕਿਦਰ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ 10 ਸਾਲਾਂ ਚ ਜਿਹੜਾ ਇਹਨਾਂ ਨੇ ਡੰਡਾ ਫੇਰਿਆ ਨਾ ਕਾਂਗਰਸ ਦੇ ਉੱਤੇ ਗੱਲ ਇਹ ਨਾਲ ਫਿਰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਲੋਕਾਂ ਦੀ ਕਾਂਗਰਸ ਦੇ ਵਰਕਰਾਂ ਦੀ ਕਾਂਗਰਸ ਦੇ ਐਮਐਲਏਾਂ ਦੀ ਕਾਂਗਰਸ ਦੇ ਬੋਡੀ ਦੇ ਮੈਂਬਰਾਂ ਸਭਾਂ ਦੀ ਕਿਤਨੇ ਕਿਤੇ ਅਪੇਕਸ਼ਾਂ ਹੁੰਦੀਆਂ ਨੇ ਤੇ ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਪਿਛਲੇ ਅਫਸਰ ਲੱਗੇ ਹੋਏ ਨੇ ਉਹ ਅੱਜ ਵੀ ਉਹਨਾਂ ਨਾਲ ਮਿਲ ਕੇ ਕੰਮ ਕਰ ਰਹੇ ਨੇ ਮੈਂ ਅੱਜ ਵੀ ਇਹ ਗੱਲ ਕਹਿਣਾ ਚਾਹਾਂਗਾ ਜਿਹੜੇ ਪੁਰਾਣੇ ਅਫਸਰ ਲੱਗੇ ਦੇ ਅਸੀਂ ਉਹਨਾਂ ਦਾ ਇੰਤਜ਼ਾਮ ਵੀ ਜਲਦੀ ਕਰ ਰਹੇ ਹਾਂ ਉਹ ਜੀ ਗੱਲ ਨਹੀਂ ਹੈਗੀ ਮੈਂ ਤੁਹਾਡੇ ਟੀਵੀ ਤੇ ਕਹਿ ਦੇਣਾ ਹੈਗਾ ਕੋਈ ਅਫਸਰ ਆਪਣੇ ਆਪ ਨੂੰ ਇਹ ਐਸਾ ਜੀ ਮੈਂ ਅਕਾਲੀ ਦਲ ਤੋਂ ਆਇਆ ਤੇ ਉਹ ਸੇਫ ਆ ਸਾਡੀ ਸਾਰੀ ਨਜ਼ਰ ਉਹਨਾਂ ਦੇ ਅਫਸਰਾਂ ਤੇ ਆ ਅਗਰ ਸਾਡੇ ਵਰਕਰਾਂ ਨਾਲ ਫੇਰ ਵੀ ਨਜਾਇਜ਼ ਹੁੰਦੀ ਏ ਅਸੀਂ ਸਹਿਮ ਕਰ ਰਿਹਾ ਜੇ ਕਿ ਕੀ ਜੀ ਨੇ ਆ ਗੱਲ ਕੀ ਹੈ ਕਿਤੇ ਲੰਮਾ ਪਾਤ ਨਹੀਂ ਲਿਆ ਇੱਥੇ ਅਕਾਲੀ ਦਲ ਇੱਥੇ ਲਵਾ ਹੀ ਪਾ ਲੈਂਦੇ ਸੀ ਜਾ ਕੇ ਕੀ ਹੈਗਾ ਉਹਨਾਂ ਨੇ ਚੇਤਾਵਨੀ ਦਿੱਤੀ ਏ ਉਹਨਾਂ ਨੇ ਕਿ ਇਹ ਸਭ ਸਾਡੀ ਅਸੀਂ ਲੁੱਟਾਂ ਕਰਦੇ ਆ ਨਹੀਂ ਨਹੀਂ ਤੁਸੀਂ ਜਿੰਨਾ ਕਰੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਪੁਲਿਸ ਸਾਡੇ ਸਾਡੀ ਜਿਹੜੀ ਗੱਲ ਹੈ ਜਿਹੜੇ ਪੁਰਾਣੇ ਅਫਸਰ ਲੱਗੇ ਨੇ ਉਹਨਾਂ ਕਰਾਂ ਦੀ ਆ ਉਹ ਪੇਕਸ਼ਾ ਕੀਆ ਨੇ ਲੋਕ ਚਾਹੁੰਦੇ ਨੇ ਕਿ ਸਾਡਾ ਕੰਮ ਹੋਣ ਅਗਰ ਕਿੱਕੀ ਜੀ ਨੇ ਇਹ ਗੱਲ ਕੀ ਹੈ ਮੰਦਭਾਗ ਕੀ ਗੱਲ ਨਹੀਂ ਕਹਿਣੀ ਚਾਹੀਦੀ ਸੀ ਜੀ 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 ਸਰ ਠੀਕ ਹੈ ਸਰ ਉਹ ਪੁਰਾਣਾ ਮੁੱਦਾ ਸੀਗਾ ਮੈਂ ਵੈਸੇ ਹੀ ਉਸ ਦਾ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਸਾਹਮਣੇ ਆਉਂਦੀਆਂ ਨੇ ਠੀਕ ਹੈ ਠੀਕ ਹੈ ਅਸੀਂ ਉਹਦੀ ਨਿੰਦਾ ਕਰਦੇ ਹਾਂ ਠੀਕ ਹੈ ਸਰ ਠੀਕ ਹੈ ਗੁਰਪ੍ਰੀਤ ਜੀ ਇਹ ਗੱਲ ਮਾੜੀ ਹੈ ਦੇਖੋ ਜਿਹੜੀ ਪੰਜਾਬ ਪੁਲਿਸ ਆ ਦੁਨੀਆ ਦੀ ਬਿਹਤਰੀਨ ਪੁਲਿਸ ਆ ਅਤੰਕਵਾਦ ਇਸ ਨੇ ਖਤਮ ਕੀਤਾ ਮਗਰ ਇਹਨਾਂ ਪੁਲਿਸ ਅਫੀਸਰਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜੀ ਜੀ ਠੀਕ ਹੈ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਠੀਕ ਹੈ ਅਸੀਂ ਆਹ ਤਾਂ ਬਾਕੀ ਗੱਲ ਕਹਿਤੀ ਹੈ ਉਹਨਾਂ ਦੀ ਠੀਕ ਹੈ ਸਰ ਠੀਕ ਹੈ ਮੇਰੇ ਸਾਹਮਣੇ ਇਹ ਗੱਲ ਕਹੀਏ ਨਹੀਂ ਕਹਿਣੀ ਚਾਹੀਦੀ ਠੀਕ ਹੈ ਠੀਕ ਹੈ ਸਰ ਨਹੀਂ ਕਹਿਣੀ ਚਾਹੀਦੀ ਚੀ ਨਹੀਂ ਇਹ ਨਹੀਂ ਕਹਿਣੀ ਚਾਹੀਦੀ ਜੀ 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 ਤਾਰਨੀ ਸਾਹਿਬ ਜੀ ਜੀ ਠੀਕ ਠੀਕ ਹੈ ਬਾਲੀ ਸਾਹਿਬ ਮੈਂ ਜਵਾਬ ਲੈ ਲਾਂ ਮੈਂ ਜਵਾਬ ਲੈ ਲਾਂ 10 ਸਾਲ ਤਾਂ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਸਾਡੇ ਵਰਕਰਾਂ ਦਾ ਠੀਕ ਹੈ ਠੀਕ ਹੈ ਤਾਰਨੀ ਸਾਹਿਬ ਵੇਖੋ ਬਾਲੀ ਸਾਹਿਬ ਮੈਂ ਬੜੀ ਬੇਤ ਡਿਊ ਰਿਸਪੈਕਟ ਉਹਨਾਂ ਨੂੰ ਕਹੂੰਗਾ ਕਿ ਸਾਡਾ ਕੁਐਸਚਨ ਤਾਂ ਇਹ ਨਹੀਂ ਆ ਕਿ ਕਾਨੂੰਨ ਵਿਵਸਥਾ 'ਚ ਕਿੰਨਾ ਸੁਧਾਰ ਇਹ ਤੋਂ ਵੱਧ ਕੁਝ ਨਹੀਂ ਅਕਾਲੀ ਦਲ ਜਾਂ ਕਾਂਗਰਸ ਜਾਂ ਭਾਜਪਾ ਜਾਂ ਆਮ ਆਦਮੀ ਪਾਰਟੀ ਮੇਰਾ ਕੋਈ ਕੁਐਸਚਨ ਨਹੀਂ ਹੈ ਇਹ ਮੈਂ ਇਹ ਕਹਿੰਦਾ ਕਿ ਉਹੀ ਅਫਸਰ ਪਹਿਲਾਂ ਸੀ ਉਹੀ ਅਫਸਰ ਅੱਜ ਹੈ ਉਹੀ ਪੁਲਿਸ ਉਦੋਂ ਸੀ ਉਹੀ ਪੁਲਿਸ ਅੱਜ ਹੈ ਜੀ ਇੱਕ ਮਿੰਟ ਉਹੀ ਐਡਮਿਨਿਸਟ੍ਰੇਸ਼ਨ ਉਦੋਂ ਸੀ ਉਹੀ ਐਡਮਿਨਿਸਟ੍ਰੇਸ਼ਨ ਅੱਜ ਹੈ ਸਾਰਾ ਕੁਝ ਉਹੀ ਹੈਗਾ ਉਹੀ ਪਬਲਿਕ ਹੈਗੀ ਹੈ ਮੈਂ ਉਦੋਂ ਵੀ ਪਹਿਲਾਂ ਵੀ ਕੁਐਸਚਨ ਇਹ ਉਠਾਇਆ ਸੀ ਕਿ ਇਹਨਾਂ ਨੂੰ ਇੱਕ ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਔਰ ਮੈਂ ਬੜੀ ਸੋਹਣੀ ਗੱਲ ਕੀਤੀ ਹੈ ਸਰਦਾਰ ਬੁੱਟਾ ਸਿੰਘ ਉਹਨਾਂ ਨੇ ਕਿ ਪੁਲਿਸ ਦੇ ਵਿੱਚ ਐਡਾ ਮਾੜਾ ਹਾਲ ਹੈਗਾ ਕਿ ਨਮੀ ਕੋਈ ਟ੍ਰੇਨਿੰਗ ਜਿਹੜੀ ਹੈਗੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਨਹੀਂ ਆਈ ਮੈਂ ਤੁਹਾਨੂੰ ਸਿੰਪਲ ਇੱਕ ਗੱਲ ਦੱਸਦਾ ਕਿ ਅੱਜ ਵੀ ਔਰ ਅੱਜ ਤੋਂ 10 ਸਾਲ ਪਹਿਲਾਂ ਵੀ ਅੱਜ ਤੋਂ ਜਦੋਂ 30 ਸਾਲ ਪਹਿਲਾਂ ਮੈਂ ਵਕਾਲਤ ਸ਼ੁਰੂ ਕੀਤੀ ਸੀ ਉਦੋਂ ਵੀ ਜਦੋਂ ਪੁਲਿਸ ਐਫ ਆਈ ਆਰ ਲਿਖਦੀ ਸੀ ਨਾ ਉਹ ਲਿਖਦੀ ਸੀ ਕਿ ਫਲਾਣੇ ਪਾਸੇ ਤੋਂ ਇੱਕ ਬੰਦਾ ਜਿਹੜਾ ਆ ਰਿਹਾ ਸੀ ਔਰ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਖਿਸਕ ਗਿਆ ਸਾਥੀ ਦੇ ਨਾਲ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਉਹਦੇ ਕੋਲੋਂ ਝੋਲਾ ਬਰਾਮਦ ਹੋਇਆ ਜਿਹਦੇ ਚੋਂ ਅਫੀਮ ਜੇ ਤੁਹਾਨੂੰ ਇੱਕ ਵੀ ਐਫਆਈਆਰ ਇਸ ਲਾਈਨਾਂ ਤੋਂ ਬਿਨਾ ਮਿਲ ਜਵੇ ਮੈਂ ਤੁਹਾਨੂੰ ਇਹਨਾਂ ਨੂੰ ਮੈਂ ਸਬੂਤ ਲਿਆ ਕੇ 500000 2000 ਜਿੰਨੀ ਕਹਾਂ ਉਨੀ ਲਿਆ ਕੇ ਦੇ ਦਿੰਨਾ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਬੂਟਾ ਸਿੰਘ ਉਹਨਾਂ ਨੇ ਕੁਐਸਚਨ ਹਟਾਇਆ ਅੱਜ ਲੋੜ ਹੈਗੀ ਆ ਪੁਲਿਸ ਨੂੰ ਸੜਕਾਂ ਤੇ ਲਿਆਉਣ ਦੀ ਜੀ ਜਿਹੜੀ ਸਕਾਟਲੈਂਡ ਯਾਰਡ ਦੀ ਇਹਨਾਂ ਨੇ ਗੱਲ ਕੀਤੀ ਹੈ ਉੱਥੇ ਪੁਲਿਸ ਹੈ ਜਿਹੜੀ ਉਹ ਸੜਕਾਂ ਤੇ ਖੜਦੀ ਆ ਨਹੀਂ ਨਹੀਂ ਧਾਰਨੀ ਸਾਹਿਬ ਮੈਂ ਹਮੇਸ਼ਾ ਸੜਕ ਤੋਂ ਸਟਾਰਟ ਹੁੰਦਾ ਹੈ ਇਹਨਾਂ ਨੇ ਉਸ ਪਾਸੇ ਨੂੰ ਕਦੇ ਨਹੀਂ ਚੱਲੇ ਠੀਕ ਹੈ ਧਾਰਨੀ ਸਾਹਿਬ ਮੇਰਾ ਇੱਕ ਸਵਾਲ ਇਹ ਉਸ ਪਾਸੇ ਨੂੰ ਕਦੇ ਨਹੀਂ ਚਲੇਗੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਸਰ ਸਾਡੇ ਦੇ ਵਿੱਚ ਪੁਲਿਸ ਬੈਠੀ ਆ ਜੀ ਜਿੱਥੇ ਝਗੜਾ ਹੁੰਦਾ ਉਥੇ ਇਹਨੂੰ ਪੁਲਿਸ ਨੂੰ ਠੀਕ ਹੈ ਠੀਕ ਹੈ ਤਾਰਨੀ ਸਾਹਿਬ ਇੱਕ ਸਵਾਲ ਹੈ ਮੇਰਾ ਮੰਨ ਲਓ ਹਾਂਜੀ ਹਾਂਜੀ ਮੰਨ ਲਓ ਸਾਡੀ ਪੁਲਿਸ ਭਾਵੇਂ ਸਕਾਟਲੈਂਡ ਯਾਰਡ ਤੋਂ ਟ੍ਰੇਨਿੰਗ ਲੈ ਕੇ ਆਈ ਇਜ਼ਰਾਈਲ ਤੋਂ ਲੈ ਕੇ ਆਈ ਅਮਰੀਕਾ ਤੋਂ ਲੈ ਕੇ ਆਈ ਅਫਸਰ ਲੈ ਆਏ ਟ੍ਰੇਨਿੰਗ ਠੀਕ ਹੈ ਜੀ ਉਹਨਾਂ ਨੂੰ ਆਪਾਂ ਤਾਇਨਾਤ ਕਰ ਦਿੱਤਾ ਪਰ ਜਦੋਂ ਉਹ ਬੰਦਾ ਫੜਦੇ ਨਹੀਂ ਉੱਪਰੋਂ ਦੀ ਮੰਨ ਲਓ ਕਿਸੇ ਮੰਤਰੀ ਦਾ ਫੋਨ ਆ ਗਿਆ ਕਿਸੇ ਵਿਧਾਇਕ ਦਾ ਆ ਗਿਆ ਤਾਂ ਉਹ ਟ੍ਰੇਨਿੰਗ ਕਿੱਥੇ ਕੰਮ ਆਏਗੀ ਸਰ ਮੈਂ ਸਿੰਪਲ ਗੱਲ ਗੁਰਪ੍ਰੀਤ ਜੀ ਇਹਦਾ ਜਵਾਬ ਇੱਕੋ ਦਊਂਗਾ ਜੀ ਕਿ ਜਿੰਨੇ ਪੰਜਾਬ ਤੋਂ ਮੰਤਰੀ ਆਉਨੇ ਆ ਜਾਂ ਆਮ ਪਬਲਿਕ ਆਉਂਦੀ ਹੈ ਉਹ ਜਿਹੜੀ 벨ਟਾਂ ਬਿਨਾ ਆ ਰਹੀ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਆਉਂਦੀ ਹੈ ਤਾਂ 벨ਟ ਕਿਉਂ ਲੱਗ ਜਾਂਦੀ ਹੈ ਚੰਡੀਗੜ੍ਹ ਪੁਲਿਸ ਦੇ ਉੱਪਰ ਕਿਉਂ ਕਿਸੇ ਦੀ ਫੋਰਸ ਨਹੀਂ ਹੈਗੀ ਜੀ 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 ਕਿਉਂ ਚੰਡੀਗੜ੍ਹ ਪੁਲਿਸ ਕਿਸੇ ਦੀ ਨਹੀਂ ਮੰਦੀ ਇਹ ਚੀਜ਼ਾਂ ਪੰਜਾਬ ਦੀ ਗਵਰਨਮੈਂਟ ਨੂੰ ਸਿਖਾਉਣੀਆਂ ਪੈਣਗੀਆਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਮੈਂ ਤੁਹਾਡੇ ਨੋਟਸ ਵਿੱਚ ਅੱਜ ਇੱਥੇ ਤੋਂ ਲਿਹਾ ਦਿੰਨਾ ਹੈ ਕਿ ਅੱਜ ਜਿਹੜੇ ਮੋਟਰਸਾਈਕਲ ਹੈਗੇ ਆ ਉਹ ਅੱਦੇ-ਅੱਦੇ ਵੱਢ ਕੇ ਉਹਦੇ ਨਾਲ ਲਾਏ ਬੇ ਆ ਜੀ ਅੱਜ ਕੱਲ ਰਿਕਸ਼ਾ ਰੇੜੀਆਂ ਦੇ ਨਾਲ ਜੀ ਜੀ ਸਰ ਔਰ ਉਹਦੇ ਤੇ 50 50 ਫੁੱਟ ਲੰਬਾ ਸਰੀਆ ਭੁਜਾਈ ਲਈ ਜਾ ਰਹੇ ਆ ਔਰ ਤੁਸੀਂ ਉਹਦੇ ਨਾਲ ਜੇ ਕੋਈ ਬੰਦਾ ਮਰੂਗਾ ਕੀ ਉਹ ਬੰਦੇ ਦੇ ਘਰ ਦੇ ਵਿੱਚ ਰੋਣ ਦੀ ਉਹ ਆਵਾਜ਼ ਨਹੀਂ ਜਿਹੜੀ ਗੋਲੀ ਚੱਲਣ ਨਾਲ ਗੋਲ ਆਵਾਜ਼ ਆਉਂਦੀ ਹੈ ਜੀ ਮਰਨ ਦੀ ਕੀ ਇਸ ਤਰ੍ਹਾਂ ਦੇ ਸੁਧਾਰ ਕਿਉਂ ਨਹੀਂ ਕੀਤੇ ਜਾ ਰਹੇ ਤੁਸੀਂ ਇਹ ਮਤਲਬ ਕਾਨੂੰਨ ਫਵਾਸਤਾ ਦੇ ਵਿੱਚ ਠੀਕ ਹੈ ਸਰ ਠੀਕ ਹੈ ਠੀਕ ਠੀਕ ਹੈ ਠੀਕ ਹੈ ਮੈਂ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਜ਼ਰੂਰ ਹੈ ਜਿਹੜੀ ਜਿਹੜੀ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਹੈ ਜੀ ਕਿ ਪੁਲਿਸ ਅਫਸਰ ਵੀ ਉਹੀ ਨੇ ਐਡਮਿਨਿਸਟ੍ਰੇਸ਼ਨ ਚ ਅਫਸਰ ਉਹੀ ਨੇ ਪ੍ਰਸ਼ਾਸਕ ਅਧਿਕਾਰੀ ਵੀ ਸਾਰੇ ਉਹੀ ਨੇ ਪਬਲਿਕ ਵੀ ਉਹੀ ਹੈ ਹਾਂ ਪਬਲਿਕ ਵੀ ਹੋਏ ਪਬਲਿਕ ਦਾ ਮਤ ਤਾਂ ਨਹੀਂ ਕਹਿੰਦਾ ਕੋਈ ਪਬਲਿਕ ਨੇ ਤੁਹਾਨੂੰ ਬਦਲ ਦਿੱਤਾ ਕਿ ਪਬਲਿਕ 'ਚ ਬੜੀ ਸਮਝਦਾਰੀ ਆ ਗਈ ਕਿ ਇਕੱਲੀ ਦਾ ਲੰਬੇੜਤਾ ਜੀ ਸਾਰੀ ਗੱਲ ਇਹ ਹੈਗੀ ਕਿ ਐਡਮਿਨਿਸਟ੍ਰੇਟਰ ਸਹੀ ਨਹੀਂ ਸੀ ਮੁੱਖ ਮੰਤਰੀ ਸਹੀ ਨਹੀਂ ਸੀ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਸਹੀ ਨਹੀਂ ਸੀ ਪੰਜਾਬ ਦੇ ਮੰਤਰੀ ਸਹੀ ਨਹੀਂ ਸੀ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਚਲਾ ਸਕਦੇ ਠੀਕ ਹੈ ਕਦੀ ਐਡਮਿਨਿਸਟ੍ਰੇਸ਼ਨ ਮਾੜੀ ਨਹੀਂ ਹੁੰਦੀ ਅਸੀਂ ਪਾਕਿਸਤਾਨ ਤੋਂ ਅਫਸਰ ਥੋੜੀ ਜਿਹੀ ਆਣੇ ਨੇ ਅਫਸਰ ਤਾਂ ਸਾਡੇ ਉਹੀ ਨੇ ਆਫੀਸਰ ਸੇਬਾਨ ਤੇ ਸਾਰੇ ਉਹੀ ਨੇ ਐਡਮਿਨਿਸਟ੍ਰੇਸ਼ਨ ਸਹੀ ਨਹੀਂ ਸੀ ਚਰਾੜੇ ਪਾਰੇ ਸੀ ਤੇ ਮੁੱਖ ਮੰਤਰੀ ਪੰਜਾਬ ਦਾ ਅਮਰਿੰਦਰ ਸਿੰਘ ਐਸ ਐਡਵਾਇਜ਼ਰ ਹੈ ਉਹਨੂੰ ਚਲਾਣੀ ਜਾਂਦੀ ਹੈ ਕਿ ਕਿਵੇਂ ਚਲਾਣੀ ਹੈ ਪੰਜਾਬ ਦੀ ਸਰਕਾਰ ਉਹਨਾਂ ਨੂੰ ਪਤਾ ਹੈ ਠੀਕ ਹੈ ਸਰ ਠੀਕ ਹੈ ਮੈਂ ਇੱਕ ਛੋਟਾ ਜਿਹਾ ਜਵਾਬ ਹੁਣਾ ਤੂੰ ਵੀ ਲੈਲਾ ਸਰ ਸਮਾਂ ਮੇਰੇ ਕੋ ਬਹੁਤ ਘਟ ਹੈ ਠੀਕ ਆਫੀਸਰ ਉਹ ਹੀ ਨੇ ਜਿਹੜੇ ਚੱਲ ਜੀ ਜੀ ਠੀਕ ਹੈ ਠੀਕ ਹੈ ਬਾਲੀ ਸਰ ਉਹਨੂੰ ਬਦਲ ਦਿੰਦੇ ਆਂ ਕਿਹਾ ਸਾਨੂੰ ਬਦਲ ਦੰਨੇ ਆ ਹਾਂ ਠੀਕ ਹੈ ਠੀਕ ਹੈ ਮੈਨੂੰ ਕਿਹੜਾ ਕਦੇ ਬਦਲਿਆ ਨਹੀਂ ਸਾਰੇ ਹਿੰਦੁਸਤਾਨ ਚ ਤੁਸੀਂ ਆਪਣੀ ਹਾਲਤ ਤਾਂ ਜੀ ਸਰ ਸਰ ਪਲੀਜ਼ ਸਰ ਇੱਕ ਛੋਟਾ ਜਿਹਾ ਜਵਾਬ ਲੈ ਲਾਂ ਮੈਂ ਪੰਜਾਬ ਚ ਦੂਜੇ ਪੰਜਾਬ ਦੀ ਹਾਲਤ ਵੇਖੋ ਪੰਜਾਬ ਦੀ ਤੁਸੀਂ ਤੁਸੀਂ ਪੰਜਾਬ ਦੀ ਹਾਲਤ ਦੇ ਤੁਸੀਂ ਆ ਤੁਸੀਂ ਆਮ ਆਦਮੀ ਦੀ ਪਾਰਟੀ ਦੀ ਨਾ ਫੋਟੋ ਲਾ ਕੇ ਉਹਨੂੰ ਤੂਫ ਦਿਆ ਕਰੋ ਬਹੁਤ ਆਵਾਜ਼ ਫੜੇ ਲਈ ਠੀਕ ਹੈ ਸਰ ਠੀਕ ਹੈ ਸਰ ਸਰ ਪਲੀਜ਼ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਸਰ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ ਰੁਕਣਾ ਪਵੇਗਾ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਡੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਹਰਜੀਤ ਅਜੀਤ ਸਿੰਘ ਗਰੇਵਾਲ ਜੀ ਗੁਰਵਿੰਦਰ ਸਿੰਘ ਬਾਲੀ ਜੀ ਬੂਟਾ ਸਿੰਘ ਸ਼ਾਨ ਜੀ ਤੇ ਅਮਰਦੀਪ ਸਿੰਘ ਧਾਰਨੀ ਜੀ ਸਰ ਜ਼ਰੂਰਤ ਹੈ ਸੋ ਅੱਜ ਜੋ ਚਰਚਾ ਨੂੰ ਨਿਕਲ ਕੇ ਇਹੀ ਆਇਆ ਕਿ ਜ਼ਰੂਰਤ ਹੈ ਕਿ ਪੁਲਿਸ ਦੇ ਵਿੱਚ ਤਾਂ ਸੁਧਾਰ ਕੀਤੇ ਜਾਣ ਪਰ ਕਿਤੇ ਨਾ ਕਿਤੇ ਜੋ ਸਿਆਸੀ ਇੱਛਾ ਸ਼ਕਤੀ ਹੈ ਕਿਸੇ ਵੀ ਮਾਮਲੇ ਨੂੰ ਲੈ ਕੇ ਉਸ ਨੂੰ ਵੀ ਹੋਰ ਜ਼ਿਆਦਾ ਪੁਖਤਾ ਕੀਤਾ ਜਾਵੇ ਤਾਂ ਕਿ ਜੋ ਇਸ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਤੇ ਦਰਸ਼ਕਾਂ ਤੋਂ ਜੋ ਸਾਡਾ ਅੱਜ ਦਾ ਸਵਾਲ ਸੀਗਾ ਉਹ ਇਹ ਸੀਗਾ ਕਿ ਕੈਪਟਨ ਸਰਕਾਰ ਚ ਪੰਜਾਬ ਦੀ ਕਾਨੂੰਨ ਵਿਵਸਥਾ ਚ ਸੁਧਾਰ ਹੋਇਆ ਹੈ ਤੇ ਇਸ ਤੇ ਸਾਨੂੰ ਦਰਸ਼ਕਾਂ ਦਾ ਭਰਪੂਰ ਹੰਗਾਰਾ ਮਿਲਿਆ छियाहठ फीसद दर्शक ने अपनी राय पे भेजिए यानी कि छियाठ फीसद दर्शक मानते ने कि सुधार होया जबकि चौंती फीसद दर्शक अजिहा नहीं मानते तो मुद्दे की बात बच्चे अगले इना ही दौ इजाजत धनवाद